ਅੱਜ ਕੱਲ੍ਹ ਦੇ ਪੰਜਾਬੀ ਗਾਇਕਾਂ ਦੇ ਵਿੱਚ ਇੱਕ ਦੂਜੇ ਨੂੰ ਰਿਪਲਾਈ ਦੇਣਾ ਜਾਂ ਸਟੇਜ ਉੱਤੇ ਟੀਚਰਬਾਜ਼ੀ ਕਰਨਾ ਤਾਂ ਆਮ ਜਿਹੀ ਗੱਲ ਹੋ ਗਈ ਹੈ, ਪਰ ਕਈ ਵਾਰ ਇਹ ਗਾਇਕ ਯਾਰੀ ਦੋਸਤੀ ਦੇ ਵਿੱਚ ਇੱਕ ਦੂਜੇ ਨੂੰ ਇਹੋ ਜਿਹਾ ਮਜ਼ਾਕ ਕਰ ਜਾਂਦੇ ਹਨ ਜੋ ਕਿ ਸੁਰਖੀਆਂ ਵਿੱਚ ਆ ਜਾਂਦਾ ਹੈ। ਤੇ ਇਸੇ ਤਰ੍ਹਾਂ ਹੋਇਆ ਹਾਲ ਹੀ ਵਿੱਚ ਸਹਾਰਨ ਮਾਜਰਾ ਵਿੱਚ ਹੋਏ ਕਬੱਡੀ ਟੂਰਨਾਮੈਂਟ ਦੌਰਾਨ। ਦੱਸ ਦਈਏ ਪਿਛਲੇ ਦਿਨੀ ਸਹਾਰਨ ਮਾਜਰਾ ਵਿਖੇ ਕਬੱਡੀ ਟੂਰਨਾਮੈਂਟ ਕਰਾਇਆ ਗਿਆ, ਜਿਸ ਨੂੰ ਕਿ ਮਸ਼ਹੂਰ ਪੰਜਾਬੀ ਗਾਇਕ ਐਲੀ ਮਾਂਗੜ ਨੇ ਲੀਡ ਕੀਤਾ। ਤੇ ਐਲੀ ਮਾਂਗੜ ਨੇ ਇਸ ਕਬੱਡੀ ਟੂਰਨਾਮੈਂਟ ਦੌਰਾਨ ਪੰਜਾਬ ਦੇ ਕਈ ਵੱਖਰੇ ਨਾਮੀ ਗਾਇਕ ਬੁਲਾਏ। ਤੇ ਇਸੇ ਦੌਰਾਨ ਜਦੋਂ ਪੰਜਾਬੀ ਗਾਇਕ ਰਣਜੀਤ ਬਾਵਾ ਆਪਣੀ ਲਾਈਵ ਪਰਫਾਰਮੈਂਸ ਦੇ ਰਹੇ ਸੀ ਤਾਂ ਅਚਾਨਕ ਐਲੀ ਮਾਂਗੜ ਨੇ ਸਟੇਜ ਉੱਤੇ ਐਂਟਰੀ ਮਾਰੀ। ਤੇ ਐਲੀ ਮਾਂਗੜ ਨੂੰ ਸਟੇਜ ਉੱਤੇ ਦੇਖ ਰਣਜੀਤ ਬਾਵਾ ਨੇ ਐਲੀ ਮਾਂਗੜ ਦੀ ਸਿਹਤ ਉੱਤੇ ਐਸਾ ਕਮੈਂਟ ਮਾਰਿਆ ਕਿ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਵੋਗੇ। ਕੀ ਕਿਹਾ ਰਣਜੀਤ ਬਾਵਾ ਨੇ ਐਲੀ ਮਾਂਗੜ ਨੂੰ, ਆਓ ਦੇਖਦੇ ਹਾਂ ਇਸ ਵੀਡੀਓ ਦੇ ਵਿੱਚ। ਐਲੀ ਆਜਾ ਹੁਣ ਉੱਤੋਂ ਦੀ, ਮੈਂ ਤੁਹਾਨੂੰ ਕਿਹਾ ਵੀ ਬੜੇ ਬੜੇ ਆਉਣੇ ਆ ਜੀ, ਉਧਰ ਵੱਖਰੇ ਜੱਫੇ ਲੱਗੇ, ਇੱਧਰ ਵੱਖਰੇ ਲੱਗਣੇ ਆ। ਇਹ ਹੁਣ ਸਾਡੀ ਕਬੱਡੀ ਵਾਲੇ ਆ ਗਏ, ਬਹਿ ਜਾ ਪਹਿਲੀ ਲਈ ਸੋਫਾ ਲਿਆਓ, ਆਹ ਤਾਂ ਕੁਲਵੰਤ ਬਾਈ ਲਈ ਭਾਰ ਚੱਲੂਗੀ। ਆ ਚਾਕੀ ਲੈ ਬਾਈ ਨੂੰ, ਗੇਮ ਤੇਰੇ ਤੇ ਪਾਈ ਜਾਂਦੀ ਤੇ ਪਾਉਣੀ ਗੇਮ ਹੋਣ। ਸੋ ਤੁਹਾਡਾ ਕੀ ਕਹਿਣਾ ਐਲੀ ਮਾਂਗੜ ਤੇ ਰਣਜੀਤ ਬਾਵਾ ਦੀ ਇਸ ਵੀਡੀਓ ਨੂੰ ਦੇਖ ਕੇ ਇਹਨਾਂ ਦੋਵਾਂ ਦੀ ਯਾਰੀ ਬਾਰੇ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਹੋਰ ਨਵੇਂ ਅਪਡੇਟਸ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੇ ਵੀ ਕਲਿੱਕ ਕਰ ਲਓ। ਬਿਊਰੋ ਰਿਪੋਰਟ, ਚੈਨਲ ਸਤਰੰਗ। ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ ਸਤਰੰਗ.com।